ਕੈਨੇਥ ਯੂਜੀਨ ਸਮਿਥ ਨੂੰ ਪਹਿਲੀ ਵਾਰ ਮੌਤ ਦੀ ਨੀਂਦ ਸਵਾਉਣਾ ਸੀ ਤਾਂ ਇਸ ਕੰਮ ਨੂੰ ਅੰਜਾਮ ਦੇਣ ਵਾਲਿਆਂ ਦੇ ਕੋਲ ਘੰਟਿਆਂ ਵੱਧੀ ਸਮਾਂ ਸੀ। ਸਮਿਥ ਨੂੰ ਹੌਲਮੈਨ ਕਰੈਕਸ਼ਨਲ ਫੈਸਿਲਿਟੀ ਨਾਮ ਦੀ ਜੇਲ੍ਹ ਦੇ ਇੱਕ ਕਥਿਤ ਡੈਥ ਚੈਂਬਰ ਵਿੱਚ ਲਿਆ ਕੇ ਜ਼ਹਿਰੀਲੇ ਰਸਾਇਣ ਦੇ ਟੀਕੇ ਲਗਾਏ ਜਾਣੇ ਸਨ, ਪਰ ਉਹ ਇਸ ਵਿੱਚ ਅਸਫਲ ਰਹੇ। ਟੀਕੇ ਲਗਾਉਣ ਵਾਲਿਆਂ ਨੂੰ ਉਸਦੀ ਨਾੜੀ ਨਹੀਂ ਲੱਭ ਰਹੀ ਸੀ। ਸਮਿਥ ਦੇ ਵਕੀਲਾਂ ਦਾ ਕਹਿਣਾ ਸੀ ਕਿ ਸਜ਼ਾ ਦੇਣ ਵਾਲਿਆਂ ਨੇ ਸਮਿਥ ਦੇ ਸਰੀਰ ਵਿੱਚ ਅਣਗਿਣਤ ਥਾਵਾਂ 'ਤੇ ਟੀਕੇ ਚੁਬੋ ਦਿੱਤੇ ਨੇ। ਆਖਰਕਾਰ ਨਾੜੀ ਨਾ ਮਿਲਣ ਕਾਰਨ ਟੀਕਾ ਨਹੀਂ ਲਗਾਇਆ ਜਾ ਸਕਿਆ ਅਤੇ ਉਸ ਦਿਨ ਯਾਨੀ ਨਵੰਬਰ 2022 ਦੀ ਰਾਤ ਨੂੰ 12 ਵਜੇ ਮੌਤ ਦਾ ਵਾਰੰਟ ਰੱਦ ਕਰ ਦਿੱਤਾ ਗਿਆ। ਪਰ ਅਲਾਬਾਮਾ ਪ੍ਰਸ਼ਾਸਨ ਸਮਿਥ ਨੂੰ ਇੱਕ ਵਾਰ ਫਿਰ ਮੌਤ ਦੇਣ ਜਾ ਰਿਹਾ ਹੈ। ਅਮਰੀਕੀ ਪ੍ਰਸ਼ਾਸਨ ਨੇ ਇਸ ਵਾਰ ਅਜਿਹੀ ਯੋਜਨਾ ਬਣਾਈ ਹੈ ਜਿਸ ਦੇ ਤਹਿਤ ਸਮਿਥ ਦੇ ਚਿਹਰੇ 'ਤੇ ਇੱਕ ਏਅਰ ਟਾਈਟ ਮਾਸਕ ਬੰਨ ਕੇ ਜ਼ਬਰਦਸਤੀ ਨਾਈਟ੍ਰੋਜਨ ਨੂੰ ਸਾਹ ਰਾਹੀਂ ਅੰਦਰ ਖਿੱਚਣ ਨੂੰ ਕਿਹਾ ਜਾਵੇਗਾ। ਨਾਈਟ੍ਰੋਜਨ ਇੱਕ ਗੈਸ ਹੈ ਜੋ ਸਰੀਰਕ ਕਿਰਿਆਵਾਂ ਰੋਕ ਦਿੰਦੀ ਹੈ। ਜਿਵੇਂ ਹੀ ਇਹ ਗੈਸ ਸਰੀਰ ਦੇ ਅੰਦਰ ਜਾਂਦੀ ਹੈ ਤਾਂ ਅੰਦਰਲੀ ਆਕਸੀਜਨ ਖਤਮ ਹੋ ਜਾਂਦੀ ਹੈ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਹ ਤਰੀਕਾ ਜੋ ਪਹਿਲਾਂ ਕਦੇ ਨਹੀਂ ਵਰਤਿਆ ਗਿਆ ਤਸੀਹੇ ਅਤੇ ਕਰੂਰਤਾ ਦੇ ਬਰਾਬਰ ਹੋਵੇਗਾ। ਉਹਨਾਂ ਨੇ ਕਿਹਾ ਕਿ ਇਹ ਅਣਮਨੁੱਖੀ ਹੈ, ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਸਮਿਥ ਅਤੇ ਇੱਕ ਸਹਿਯੋਗੀ ਨੂੰ 1999 ਵਿੱਚ ਇੱਕ ਪ੍ਰਚਾਰਕ ਦੀ ਪਤਨੀ ਐਲਿਜ਼ਾਬੈਥ ਸੈਨੇਟ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਲੋਕਾਂ ਨੇ ਇਸ ਕਤਲ ਲਈ ਪੈਸੇ ਲਏ ਸਨ। ਯੂਜੀਨ ਸਮਿਥ ਨੇ ਮੌਤ ਦੀ ਸਜ਼ਾ ਦੀ ਉਡੀਕ ਵਿੱਚ ਹੌਲਮੈਨ ਜੇਲ੍ਹ ਵਿੱਚ ਦਹਾਕੇ ਬਿਤਾਏ ਨੇ। ਬੀਬੀਸੀ ਨੇ ਉਹਨਾਂ ਨੂੰ ਇੱਕ ਵਿਅਕਤੀ ਰਾਹੀਂ ਕੁਝ ਸਵਾਲ ਭੇਜੇ ਸਨ। ਜਵਾਬ ਵਿੱਚ ਉਹਨਾਂ ਨੇ ਲਿਖਿਆ ਕਿ ਮੇਰਾ ਸਰੀਰ ਹੁਣ ਖਤਮ ਹੋ ਰਿਹਾ ਹੈ, ਮੇਰਾ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ। ਬੀਬੀਸੀ ਨੇ ਪਿਛਲੇ ਮਹੀਨੇ ਉਹਨਾਂ ਨਾਲ ਫੋਨ 'ਤੇ ਸੰਪਰਕ ਕੀਤਾ ਪਰ ਉਹਨਾਂ ਨੇ ਇੰਟਰਵਿਊ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਸੱਚਮੁੱਚ ਗੰਭੀਰ ਬਿਮਾਰ ਨੇ। ਮੈਡੀਕਲ ਮਾਹਿਰਾਂ ਅਤੇ ਅਜਿਹੀ ਸਜ਼ਾ ਦਾ ਵਿਰੋਧ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਸਰੀਰ ਵਿੱਚ ਗੰਭੀਰ ਮਰੋੜ ਉੱਠ ਸਕਦੇ ਨੇ ਅਤੇ ਵਿਅਕਤੀ ਅਕ੍ਰਿਆਸ਼ੀਲ ਅਵਸਥਾ ਵਿੱਚ ਜਾ ਸਕਦਾ ਹੈ। ਸਮਿਥ ਨੂੰ ਅਧਿਆਤਮਕ ਸਲਾਹ ਦੇਣ ਵਾਲੇ ਰੈਵਰੈਂਡ ਡਾਕਟਰ ਜੈਫ ਹੁੱਡ ਨੇ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਕੈਨੇਥ ਮਰਨ ਤੋਂ ਨਹੀਂ ਡਰਦਾ। ਉਹਨਾਂ ਨੇ ਆਪਣੇ ਤੌਰ 'ਤੇ ਇਹ ਸਪੱਸ਼ਟ ਕੀਤਾ ਹੈ। ਡਾਕਟਰ ਹੁੱਡ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਸਮਿਥ ਤੋਂ ਕੁਝ ਫੁੱਟ ਦੂਰ ਰਹਾਂਗਾ। ਮੈਨੂੰ ਮੈਡੀਕਲ ਮਾਹਰਾਂ ਵੱਲੋਂ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹਾ ਕਰਕੇ ਮੈਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਹਾਂ। ਜੇ ਨਾਈਟ੍ਰੋਜਨ ਪਾਈਪ ਤੋਂ ਗੈਸ ਲੀਕ ਹੋਈ ਜਾਂ ਮਾਸਕ ਤੋਂ ਰਿਸ ਗਈ ਤਾਂ ਨਾਈਟ੍ਰੋਜਨ ਪੂਰੇ ਕਮਰੇ ਵਿੱਚ ਫੈਲ ਸਕਦੀ ਹੈ। ਹਾਲਾਂਕਿ ਅਲਾਬਾਮਾ ਦੇ ਗਵਰਨਰ KIV ਨੇ ਮਾਹਰਾਂ ਦੀਆਂ ਚੇਤਾਵਨੀਆਂ ਅਤੇ ਰਾਜ ਦੇ ਵਿਰੁੱਧ ਇਲਜ਼ਾਮ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੀ ਚਿੰਤਾ ਦਾ ਕੋਈ ਆਧਾਰ ਨਹੀਂ ਹੈ। ਉਹਨਾਂ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵਾਰ 25 ਜਨਵਰੀ ਨੂੰ ਮੌਤ ਦੀ ਸਜ਼ਾ ਦੇਣ ਲਈ ਅਸੀਂ ਤਿਆਰ ਹਾਂ। ਬੀਬੀਸੀ ਨੇ ਇਸ ਮਾਮਲੇ ਵਿੱਚ ਐਲਿਜ਼ਾਬੈਥ ਸੈਨੇਟ ਦੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਸਮਿਥ ਨੂੰ ਸਿਰਫ ਸੈਨੇਟ ਦੇ ਕਤਲ ਲਈ ਸਜ਼ਾ ਦਿੱਤੀ ਗਈ ਸੀ। ਸੈਨੇਟ ਦੇ ਪਰਿਵਾਰ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।